ਸੁਬਹ ਤੋਂ ਲੈ ਕੇ ਸ਼ਾਮ ਤੱਕ ਮੈਨੂੰ ਬੜੇ ਮੈਸੇਜ ਆਉਂਦੇ ਆ ਇਸ ਤਰ੍ਹਾਂ ਦੇ ਸੁਣਿਓ। ਜੀ ਇੱਕ ਇਨਫੋਰਮੇਸ਼ਨ ਚਾਹੀਦੀ ਸੀਗੀ ਜੀ ਕਿ ਅਸੀਂ ਸੀਗੇ 4-5 ਮੁੰਡੇ, ਅਸੀਂ ਕੀਤਾ ਸੀ ਪਰਮਿਟ ਅਪਲਾਈ, ਅਤੇ ਮੈਂ ਕੀਤਾ ਸੀ ਪਰਮਿਟ ਅਪਲਾਈ ਫਰਵਰੀ ਦੇ ਵਿੱਚ, ਫਰਵਰੀ ਮਾਰਚ 'ਚ, ਅਤੇ 5ਵੇਂ 6ਵੇਂ ਮਹੀਨੇ ਦੇ ਸਾਡੇ ਹੋ ਗਏ ਫਿੰਗਰ, ਠੀਕ ਹੈ ਜੀ। ਹੁਣ ਇਹ ਹੈ ਜੀ ਵੀ ਹੁਣ ਪੇਮੈਂਟ ਵੀ ਹੈ ਨਹੀਂ ਨਾਲ ਦੇ ਮੁੰਡਿਆਂ ਕੋਲ ਅਤੇ ਮੇਰੇ ਕੋਲ ਵੀ, ਹੁਣ ਅਸੀਂ ਪਰਮਿਟ ਨਹੀਂ ਲਵਾਉਣਾ ਅਤੇ ਸਾਡੇ 'ਚ 2 ਮੁੰਡਿਆਂ ਨੇ ਵਾਪਸ ਜਾਣਾ ਘਰ, ਠੀਕ ਹੈ ਜੀ। ਅਤੇ ਵਾਪਸ ਘਰ ਜਾਣ ਲਈ ਅਸੀਂ ਏਜੰਟ ਨਾਲ ਆਪਦੇ ਨਾਲ ਗੱਲ ਕੀਤੀ ਅਤੇ ਉਹਨੂੰ ਕਿਹਾ ਸੀ ਵੀ ਅਸੀਂ ਵਾਪਸ ਜਾਣਾ ਪਾਸਪੋਰਟ ਵਾਪਸ ਦੇ, ਉਹ ਪਾਸਪੋਰਟ ਵਾਪਸ ਦੇਣ ਦੇਣ ਦਾ ਵੀ ਸਾਡੇ ਕੋਲ 15 ਸਲਿੰਗਰ ਲੈ ਰਿਹਾ, ਅਸੀਂ ਹੁਣ ਪਹਿਲਾਂ ਵੀ 15 ਸਲਿੰਗਰ ਅਸੀਂ ਕੀਤਾ ਸੀਗਾ ਜਮ੍ਹਾਂ ਕਰਵਾਇਆ ਸੀ, ਚਲ ਮੰਨ ਲਓ 15 ਸਲਿੰਗਰ ਪਹਿਲਾਂ ਕਲੀਅਰ ਹੋ ਗਿਆ, ਹੁਣ ਹੋਰ ਮੰਗ ਰਿਹਾ ਸੀ 15-15 ਸਲਿੰਗਰ, ਫਿਰ ਅਸੀਂ ਕੋਈ ਗੇਮ ਪਾ ਕੇ ਪਾਸਪੋਰਟ ਲੈ ਲਿਆ ਉਹਦੇ ਕੋਲੋਂ, ਅਤੇ ਹੁਣ ਅਸੀਂ ਘਰ ਵਾਪਸ ਜਾਣਾ 2 ਮੁੰਡਿਆਂ ਦੇ ਵਿੱਚੋਂ ਸਾਡੇ ਚੋਂ, ਅਤੇ ਹੁਣ ਉਹਨਾਂ ਨੂੰ ਵਾਪਸ ਜਾਣ ਲਈ ਕਿੰਨੀ ਕੁ ਪ੍ਰੋਬਲਮ ਹੋਊਗੀ ਅਤੇ ਕੀ ਪ੍ਰੋਸੈਸ ਕਰਨਾ ਪਏਗਾ, ਕਈਆਂ ਨੂੰ ਪੁੱਛਿਆ ਸੀ ਕਿ ਕਹਿੰਦੇ ਵੀ ਤੁਹਾਨੂੰ ਇਹਦਾ ਪਰਮਿਟ ਇਹ ਜਿਹੜਾ ਤਰਫਿੰਗ ਇਹਦਾ ਕੈਂਸਲ ਕਰਵਾ ਕੇ ਫਿਰ ਏਅਰਪੋਰਟ ਤੋਂ ਜਾਣ, ਕੀ ਸੰਸਥਾ ਹੁੰਦਾ ਵੀ ਦੱਸਿਆ ਮਾੜਾ ਜਿਹਾ। ਓਕੇ, ਇਹਦਾ ਸੀਨ ਇਹ ਹੈ ਕਿ ਤੁਸੀਂ ਚਾਹੇ ਚਿੱਟਾ ਪਾਸਪੋਰਟ ਬਣਵਾ ਲਓ, ਚਾਹੇ ਕੁਛ ਮਰਜ਼ੀ ਕਰ ਲਓ, ਮਲੇਸ਼ੀਆ ਦੇ ਵਿੱਚ ਤੁਸੀਂ ਬਿਨਾਂ ਬੌਸ ਦੀ ਮਰਜ਼ੀ ਤੋਂ ਜਿੱਦੋਂ ਤੁਹਾਡੇ ਫਿੰਗਰ ਹੋਣ ਜਾਂ ਨਾ ਹੋਣ ਕੋਈ ਲੈਣਾ ਦੇਣਾ ਨਹੀਂ। ਇਹ ਮੇਰੇ ਕੋਲ ਇੱਕ ਮੈਸੇਜ ਮੈਂ ਤੁਹਾਨੂੰ ਸਿਰਫ ਸੁਣਾਇਆ ਤਾਂ ਕਿ ਤੁਹਾਨੂੰ ਥੋੜ੍ਹੀ ਜਿਹੀ ਗੱਲ ਕਲੀਅਰ ਹੋ ਜੇ। ਇਸ ਤਰ੍ਹਾਂ ਦੇ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਬੜੇ ਮੈਸੇਜ ਆਉਂਦੇ ਆ ਵੀਰਾਂ ਭੈਣਾਂ ਭਰਾਵਾਂ ਦੇ ਕਿ ਜੀ ਸਾਡੇ ਫਿੰਗਰ ਪ੍ਰਿੰਟ ਨਹੀਂ ਹੋਏ, ਸਿਰਫ ਸਾਨੂੰ 500 ਰੁਪਈਏ ਵਾਲੀ ਸਲਿੱਪ, ਕੱਲ੍ਹ ਵੀ ਵੀਡੀਓ ਬਣਾਈ ਸੀਗੀ ਮੈਂ। ਇਹਦਾ ਕੋਈ ਹੱਲ ਨਹੀਂ, ਚਿੱਟਾ ਪਾਸਪੋਰਟ ਵੀ ਇਹਦਾ ਹੱਲ ਨਹੀਂ ਹੈਗਾ। ਤੁਹਾਡੇ ਤੋਂ ਬੌਸ 500 ਮੰਗਦਾ, ਤੁਹਾਡੇ ਤੋਂ ਬੌਸ 5000 ਮੰਗਦਾ, ਉਹ ਉਹਦੀ ਹੈ ਨਾ, ਦੇਖੋ ਇੱਕ ਪਰਸਨਲ ਹੈਗੀ ਆ ਥਿੰਕਿੰਗ ਆ ਜਾਂ ਜੋ ਵੀ ਆ, ਮੈਂ ਉਹਦੇ ਵਿੱਚ ਕੁਛ ਨਹੀਂ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ, ਈਵਨ ਕਿ ਇਮੀਗ੍ਰੇਸ਼ਨ ਵੀ ਉਹਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੀ। ਅਤੇ ਜੇਕਰ ਕੋਈ ਹੋਰ ਹੱਲ ਹੋਵੇ ਤਾਂ ਮੇਰਾ ਵੀਰ ਮੈਨੂੰ ਨਹੀਂ ਪਤਾ ਉਹਦੇ ਬਾਰੇ, ਤਾਂ ਤੁਸੀਂ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜਾਂ ਕੋਈ ਮੇਰਾ ਵੀਰ ਹੋਰ ਮੇਰੀ ਵੀਡੀਓ ਦੇ ਨਾਲ ਡਿਊਟ ਕਰਕੇ ਸਟਿਚ ਕਰਕੇ ਮੈਨੂੰ ਜ਼ਰੂਰ ਦੱਸੇ ਕਿ ਬਈ ਹਾਂ ਇਹਦਾ ਕੋਈ ਹੋਰ ਹੱਲ ਹੈ, ਤਾਂ ਕਿ ਆਪਾਂ ਕਿਸੇ ਵੀਰ ਭੈਣ ਭਰਾ ਦਾ ਮਤਲਬ ਮਦਦ ਕਰ ਸਕੀਏ, ਹੈਲਪ ਕਰ ਸਕੀਏ। ਕਿਸੇ ਵੀ ਮੇਰੇ ਵੀਰ ਭੈਣ ਭਰਾ ਨੂੰ ਇਹਦੇ ਬਾਰੇ ਪਤਾ ਹੈ ਕਿ ਕਿਸ ਤਰੀਕੇ ਨਾਲ ਬੰਦੇ ਇੰਡੀਆ ਜਾ ਸਕਦੇ ਆ, ਪਲੀਜ਼ ਮੇਰੇ ਨਾਲ ਸਟਿਚ ਜ਼ਰੂਰ ਕਰਿਓ। ਚਾਹੇ ਬੰਦਾ ਚਿੱਟਾ ਪਾਸਪੋਰਟ ਬਣਾ ਲੈਣ, ਚਾਹੇ ਬੰਦੇ ਕੋਲ ਨੀਲਾ ਪਾਸਪੋਰਟ ਹੋਵੇ, ਚਾਹੇ ਕੁਛ ਵੀ ਹੋਵੇ, ਜਿੰਨਾ ਚਿਰ ਪਰਮਿਟ ਕੈਂਸਲ ਨਹੀਂ ਹੁੰਦਾ ਉਨਾ ਚਿਰ ਬੰਦੇ ਇੰਡੀਆ ਨਹੀਂ ਜਾ ਸਕਦੇ, ਜਿੱਥੋਂ ਤੱਕ ਮੈਨੂੰ ਪਤਾ ਹੈ। ਵਾਈਟ ਪਾਸਪੋਰਟ ਵਾਲੇ ਵੀ ਨਹੀਂ ਜਾ ਸਕਦੇ, ਹੈ ਨਾ, ਇਹ ਜਦੋਂ ਇੱਕ ਵਾਰੀ ਫਿੰਗਰ ਪ੍ਰਿੰਟ ਹੋ ਗਏ ਜਾਂ ਉਹ ਆਪਣਾ ਨੋਰਮਲ ਗੱਲ ਹੋਈ, ਇਹ ਤਾਂ ਕਲੀਅਰ ਜਿਹੀ ਗੱਲ ਹੋ ਗਈ ਆ। ਪਲੀਜ਼ ਮੈਨੂੰ ਜ਼ਰੂਰ ਦੱਸਿਓ, ਤੁਹਾਡਾ ਮੈਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦਾ ਹੈਗਾ।